ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਦਵਿੰਦਰ ਮੰਡ। ਪੰਜਾਬ ਦਾ ਮਾਣ ਗੁਰਦਾਸ ਮਾਨ। ਗੁਰਦਾਸ ਮਾਨ ਅਕਸਰ ਸੋਸ਼ਲ ਮੀਡੀਆ 'ਤੇ ਬਹੁਤ ਘੱਟ ਐਕਟਿਵ ਰਹਿੰਦੇ ਨੇ, ਕਿਤੇ ਕਿਤਾਈ ਉਹ ਕੋਈ ਨਾ ਕੋਈ ਪੋਸਟ ਪਾ ਦਿੰਦੇ, ਪਰ ਇੱਕ ਪੋਸਟ ਅੱਜ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਕਾਫੀ ਉਦਾਸ ਨਜ਼ਰ ਆ ਰਹੇ ਨੇ ਉਸ ਪੋਸਟ ਦੇ ਵਿੱਚ, ਅਤੇ ਲੋਕਾਂ ਵੱਲੋਂ ਥੱਲੇ ਕਮੈਂਟ ਵੀ ਕਈ ਕੀਤੇ ਜਾ ਰਹੇ ਨੇ, ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ। ਪਰ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈ, ਸੋਚਾਂ ਦੇ ਵਿੱਚ ਗੋਤੇ ਖਾਂਦਾ। ਇੱਕ ਫੋਟੋ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ, ਇਸ ਵਕਤ ਚੱਲਦੀ ਹੋਵੇਗੀ। ਗੁਰਦਾਸ ਮਾਨ ਕਿਸ ਸੋਚ ਦੇ ਵਿੱਚ ਲੱਗਦੇ ਨੇ? ਕਿਉਂਕਿ ਕਈ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇੱਕ ਲਾਈਵ ਸ਼ੋਅ ਦੇ ਦੌਰਾਨ ਉਹਨਾਂ ਦੀ ਇੱਕ ਬਹੁਤ ਵੱਡੀ ਕੰਟਰੋਵਰਸੀ ਹੋਈ ਸੀ, ਅਤੇ ਉਸ ਤੋਂ ਬਾਅਦ ਗੁਰਦਾਸ ਮਾਨ ਐਕਟਿਵ ਬਹੁਤ ਘੱਟ ਨਜ਼ਰ ਆ ਰਹੇ ਨੇ। ਉਹਨਾਂ ਦਾ ਉਸ ਕੰਟਰੋਵਰਸੀ ਤੋਂ ਬਾਅਦ ਉਹਨਾਂ ਦੇ ਸਿਰਫ ਇੱਕ ਜਾਂ ਫਿਰ ਦੋ ਗਾਣੇ ਆਏ ਨੇ, ਅਤੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਇੰਤਜ਼ਾਰ ਹੈ ਕਿ ਕਦੋਂ ਉਹ ਵਾਪਸੀ ਚੰਗੇ ਤਰੀਕੇ ਨਾਲ ਕਰਨਗੇ। ਕਿਉਂਕਿ ਗੁਰਦਾਸ ਮਾਨ ਦੀਆਂ ਐਲਬਮਸ ਜਿਹੜੀਆਂ ਨੇ ਉਹ ਕਾਫੀ ਲੋਕਾਂ ਨੇ ਪਸੰਦ ਕੀਤੀਆਂ ਸਨ। ਬਾਬਾ ਬੋੜ ਕਿਹਾ ਜਾਂਦਾ ਹੈ ਗੁਰਦਾਸ ਮਾਨ ਨੂੰ, ਅਤੇ ਇਸ ਵਕਤ ਵੀ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਫੈਨਸ ਨੇ ਉਹਨਾਂ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਪਏ ਨੇ ਕਿ ਕਦੋਂ ਗੁਰਦਾਸ ਮਾਨ ਦਾ ਕੋਈ ਗਾਣਾ ਆਵੇ, ਕਦੋਂ ਕੋਈ ਉਹ ਫਿਲਮਾਂ ਦੇ ਵਿੱਚ ਕੰਮ ਕਰਨ। ਤਾਂ ਜੋ ਕਮੈਂਟਾਂ ਦੇ ਵਿੱਚ ਲੋਕਾਂ ਵੱਲੋਂ ਕਿਹਾ ਗਿਆ ਹੈ ਉਹ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ। ਲੋਕਾਂ ਵੱਲੋਂ ਵੱਖ ਵੱਖ ਕਮੈਂਟ ਕੀਤੇ ਜਾ ਰਹੇ ਨੇ। ਸੋ ਇੱਕ ਬੰਦਾ ਸਭ ਤੋਂ ਪਹਿਲਾਂ ਲਿਖਦਾ ਹੈ, ਕਿਆ ਬਾਤ ਬਾਬਾ ਜੀ, ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਤੁਹਾਡੇ ਨਵੇਂ ਗਾਣਿਆਂ ਦੀ। ਉਸ ਤੋਂ ਬਾਅਦ ਇੱਕ ਕਮੈਂਟ ਦੇ ਵਿੱਚ ਕਿਹਾ, ਬਾਬਾ ਜੀ ਐਲਬਮ ਕਦੋਂ ਆਉਣੀ ਆ ਜੀ, ਬਹੁਤ ਬਹੁਤ ਵੇਟ ਕਰ ਰਹੇ ਹਾਂ ਜੀ, ਪਲੀਜ਼ ਜ਼ਰੂਰ ਦੱਸੋ ਕੁਝ ਲਾਈਵ ਆ ਕੇ ਐਲਬਮ ਬਾਰੇ। ਤਾਂ ਇਸ ਤੋਂ ਬਾਅਦ ਇੱਕ ਬੰਦੇ ਨੇ ਕਮੈਂਟ ਕੀਤਾ, ਉੱਪਰ ਲਿਖਿਆ ਹੈ, ਮਾਨ ਸਾਹਿਬ ਦਾ ਗ੍ਰੇਟ। ਸੋ ਇੱਕ ਭਾਵੁਕ ਤਸਵੀਰ, ਇੱਕ ਉਦਾਸ ਕਰਨ ਵਾਲੀ ਤਸਵੀਰ ਸਾਂਝੀ ਕੀਤੀ ਗੁਰਦਾਸ ਮਾਨ ਨੇ। ਸੋ ਤੁਸੀਂ ਸਾਨੂੰ ਕਮੈਂਟ ਕਰਕੇ ਇਹ ਜ਼ਰੂਰ ਦੱਸਿਓ ਕਿ ਇਹ ਤਸਵੀਰ ਕਿਸੇ ਗਾਣੇ ਦੀ ਹੋ ਸਕਦੀ ਹੈ ਜਾਂ ਕਿਸੇ ਫਿਲਮ ਦੀ ਹੋ ਸਕਦੀ ਹੈ, ਜਾਂ ਫਿਰ ਗੁਰਦਾਸ ਮਾਨ ਵਾਕਈ ਨਿਰਾਸ਼ ਚੱਲਦੇ ਨੇ, ਉਦਾਸ ਚੱਲਦੇ ਪਏ ਨੇ। ਸੋ ਤੁਹਾਨੂੰ ਕਿੰਨਾ ਕੁ ਵੇਟ ਉਹਨਾਂ ਦੇ ਗਾਣਿਆਂ ਦਾ, ਕਮੈਂਟ ਕਰਕੇ ਦੱਸ ਸਕਦੇ ਹੋ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।